ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦਾ ਰੇਟ ਇੱਕ ਵਾਰ ਫੇਰ ਵਧਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਲਾਡੋਵਾਲ ਟੋਲ ਪਲਾਜ਼ੇ ਦੇ ਰੇਟ ਇੱਕ ਵਾਰ ਫੇਰ ਵਧਾ ਦਿੱਤੇ ਗਏ ਨੇ ਤੇ ਜੇਕਰ ਤੁਸੀਂ ਕਾਰ ਤੇ ਜਾ ਰਹੇ ਹੋ ਜੇਕਰ ਤੁਹਾਨੂੰ ਪਹਿਲਾਂ 165 ਰੁਪਏ ਦੇਣੇ ਪੈਂਦੇ ਸੀ ਇੱਕ ਵਾਰ ਦੇ ਤਾਂ ਹੁਣ ਤੁਹਾਨੂੰ 215 ਰੁਪਏ ਦਿੱਤੇ ਜਾਣੇ ਦਿੱਤੇ ਦੇਣੇ ਪੈਣਗੇ ਦੱਸਦੀ ਹੈ ਕਿ 50 ਰੁਪਏ ਇੱਕ ਵਾਹਨ ਜਿਹੜਾ ਲੰਘੇਗਾ ਲਾਡੋਵਾਲ ਟੋਲ ਪਲਾਜ਼ਾ ਤੋਂ ਉਸ ਦਾ ਰੇਟ ਵਧਾ ਦਿੱਤਾ ਗਿਆ ਹੈ ਤਾ ਵੱਡੀ ਖਬਰ ਹੈ ਪੰਜਾਬ ਦੇ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉਸ ਦੀਆਂ ਦਰਾਂ ਇੱਕ ਵਾਰ ਫੇਰ ਵਧਾ ਦਿੱਤੀਆਂ ਗਈਆਂ ਨੇ ਤੇ ਲਾਡੋਵਾਲ ਟੋਲ ਪਲਾਜ਼ਾ ਦਾ ਰੇਟ ਇੱਕ ਜਿਹੜਾ 4 ਰੁਪਿਆ ਵਾਹਨ ਹੈ ਕਾਰ ਹੈ ਜੀਪ ਹੈ ਵੈਨ ਹੈ ਜਿੱਕਰ ਪਹਿਲਾਂ 165 ਰੁਪਏ ਲੱਗਦੇ ਸੀ ਤਾਂ ਹੁਣ 215 ਰੁਪਏ ਲੱਗਣਗੇ ਦੱਸਦੀਏ ਕਿ NHAI ਦੇ ਵੱਲੋਂ ਇਹ ਰੇਟ ਵਧਾਏ ਗਏ ਨੇ ਤੇ 4 ਮਹੀਨੇ ਪਹਿਲਾਂ ਵੀ ਇਹ ਦਰਾਂ ਵਧਾਈਆਂ ਗਈਆਂ ਸਨ ਤੇ ਇੱਕ ਵਾਰ ਫੇਰ ਹੁਣ ਟੋਲ ਪਲਾਜ਼ੇ ਦੇ ਰੇਟ ਵਧਾ ਦਿੱਤੇ ਗਏ ਨੇ ਦੱਸਦੀਏ ਕਿ ਪੰਜਾਬ ਦਾ ਪਹਿਲਾਂ ਹੀ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਏ ਲਾਡੋਵਾਲ ਅਤੇ ਕਾਰ ਲਈ ਹੁਣ 165 ਤੋਂ ਵਧਾ ਕੇ 215 ਰੁਪਏ ਟੋਲ ਦਾ ਰੇਟ ਕਰ ਦਿੱਤਾ ਗਿਆ ਏ 30% ਤੱਕ ਦਾ ਵਾਅਦਾ ਕੀਤਾ ਗਿਆ ਏ ਟੋਲ ਰੇਟਾਂ ਦੇ ਵਿੱਚ ਕਾਰ ਜੀਪ ਵੈਨ ਦੇ ਸਿੰਗਲ ਟ੍ਰਿਪ ਤੇ ਹੁਣ 215 ਰੁਪਏ ਦੇਣੇ ਪੈਣਗੇ ਜਦ ਕਿ ਪਹਿਲਾਂ ਕਾਰ ਜੀਪ ਵੈਨ ਲਈ 165 ਰੁਪਏ ਰੇਟ ਸੀ ਜੇਕਰ 3 ਐਕਸਲ ਵਾਲੇ ਕਮਰਸ਼ੀਅਲ ਵਾਹਨ ਨੇ ਤਾਂ ਇੱਕ ਪਾਸੇ ਦੇ 795 ਰੁਪਏ ਲੱਗਣਗੇ ਅਤੇ ਜੇਕਰ 4 ਤੋਂ 6 ਐਕਸਲ ਵਾਲੇ ਵਾਹਨ ਨੇ ਤਾਂ ਹੁਣ 1140 ਰੁਪਏ ਦੇਣੇ ਪੈਣਗੇ ਜੇਕਰ 7 ਜਾਂ ਇਸ ਤੋਂ ਵੱਧ ਐਕਸਲ ਵਾਲੇ ਵਾਹਨ ਨੇ ਤਾਂ 1390 ਰੁਪਏ ਹੋ ਗਿਆ ਇਹ ਟੋਲ ਜੇਕਰ ਬਿਨਾਂ ਫਾਸਟੈਗ ਵਾਲੇ ਵਾਹਨ ਨੇ ਤਾਂ ਉਹਨਾਂ ਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ ਦੱਸ ਦਈਏ ਕਿ ਇਕੱਲੇ ਲਾਡੋਵਾਲ ਤੇ ਹੀ ਨਹੀਂ ਬਲਕਿ ਕਰਨਾਲ ਦਾ ਘਰੋਂਡਾ ਤੇ ਅੰਬਾਲਾ ਦਾ ਖੱਗਰ ਟੋਲ ਪਲਾਜ਼ਾ ਦਾ ਵੀ ਰੇਟ ਵਧ ਚੁੱਕਿਆ ਤੇ ਅੱਧੀ ਰਾਤ ਤੋਂ ਇਹ ਰੇਟ ਜਿਹੜੇ ਨੇ ਉਹ ਲਾਗੂ ਹੋ ਚੁੱਕੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ 4 ਮਹੀਨੇ ਬਾਅਦ ਹੀ ਮੁੜ ਤੋਂ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਵਾਰ ਫਿਰ ਇਸ ਦੀਆਂ ਦਰਾਂ ਵਧਾ ਦਿੱਤੀਆਂ ਗੀਆਂ ਨੇ 30 ਫੀਸਦ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਕਾਰ ਜੀਪ ਵੈਨ ਦੇ ਸਿੰਗਲ ਟ੍ਰਿਪ ਤੇ 215 ਰੁਪਏ ਦੇਣੇ ਪੈਣਗੇ ਜਦਕਿ ਪਹਿਲਾਂ ਇਹ 165 ਰੁਪਏ ਸੀ ਤਾਂ ਸਿੱਧਾ-ਸਿੱਧਾ 50 ਰੁਪਏ ਪਰ ਵਾਹਨ ਦਾ ਬੋਝ ਪਵੇਗਾ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੋਂ ਵਾਹਨ ਨਿਕਲਦੇ ਨੇ ਜਿਸ ਨੇ ਵੀ ਲੁਧਿਆਣਾ ਤੋਂ ਜਲੰਧਰ ਵੱਲ ਨੂੰ ਜਾਣਾ ਹੈ ਤਾਂ ਉੱਥੇ ਹੀ ਗੁਜ਼ਰਨਾ ਪੈਂਦਾ ਇੱਕੋ ਇੱਕ ਜਿਹੜਾ ਸਤਲੁਜ ਦਰਿਆ ਤੇ ਪੋਲਾ ਉਸ ਤੋਂ ਪਹਿਲਾਂ ਇਹ ਟੋਲ ਪਲਾਜ਼ਾ ਹੈ ਜੇਕਰ ਮਲਟੀ ਐਕਸਲ ਵਾਹਨਾਂ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ ਹੋਰ ਵੀ ਵੱਡਾ ਬਦਲਾਅ ਕੀਤਾ ਗਿਆ ਹੈ ਕਿ ਐਕਸਲ ਦੇ ਆਧਾਰ ਤੇ ਟੋਲ ਦਰਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ 3 ਐਕਸਲ ਵਾਲੇ ਕਮਰਸ਼ੀਅਲ ਵਾਹਨ ਨੂੰ ਇੱਕ ਵਾਰ ਲੰਘਣ ਦੇ 795 ਰੁਪਏ ਦੇਣੇ ਪੈਣਗੇ 4 ਤੋਂ 6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਦਾ ਟੋਲ ਦੇਣਾ ਪਵੇਗਾ 7 ਜਾਂ ਇਸ ਤੋਂ ਵਧੇਰੇ ਐਕਸਲ ਵਾਲੇ ਵਾਹਨ 1390 ਰੁਪਏ ਦਾ ਭੁਗਤਾਨ ਕਰਨਗੇ ਅਤੇ ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ ਫਿਰ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਅਦਾ ਕਰਨਾ ਪਵੇਗਾ ਦੁੱਗਣਾ ਡਬਲ ਪੇ ਕਰਨਾ ਪਵੇਗਾ ਦੱਸ ਦਈਏ ਕਿ ਟੋਲ ਪਲਾਜ਼ਾ ਦੇ ਰੇਟ ਜਿਹੜੇ ਨੇ ਵਧੇ ਨੇ ਤੇ ਹੀ ਨਹੀਂ ਤਿੰਨ ਟੋਲ ਪਲਾਜ਼ਾ ਹੋਰ ਨੇ ਜਿਨ੍ਹਾਂ ਦੇ ਰੇਟ ਵਧੇ ਨੇ ਕਰਨਾਲ ਜ਼ਿਲ੍ਹੇ ਦਾ ਘਰੋਂਡਾ ਟੋਲ ਪਲਾਜ਼ਾ ਅੰਬਾਲਾ ਦਾ ਖੱਗਰ ਟੋਲ ਪਲਾਜ਼ਾ ਇਸ ਦੇ ਵਿੱਚ ਸ਼ਾਮਲ ਹੈ ਤੇ ਇਹ ਜਿਹੜਾ ਰੇਟ ਹੈ ਇਹ ਲਾਗੂ ਹੋ ਚੁੱਕਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਡੋਵਾਲ ਟੋਲ ਪਲਾਜ਼ਾ ਦਾ ਰੇਟ ਇੱਕ ਵਾਰ ਫੇਰ ਵਧਿਆ ਹੈ ਦਰਾ ਇੱਕ ਵਾਰ ਫੇਰ ਵਧਾ ਦਿੱਤੀਆਂ ਗੰਜਾਂ ਨੇ ਤੇ 4 ਮਹੀਨੇ ਦੇ ਵਿੱਚ ਇਹ ਦੁਬਾਰਾ ਤੋਂ ਦਰਾਂ ਵਧਾ ਦਿੱਤੇ ਗੰਜਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਇਹ ਦਰਾਂ ਵਧਾਈਆਂ ਗੰਜਾਂ ਨੇ ਦੱਸਦੀ ਹੈ ਕਿ ਟੋਲ ਪਲਾਜ਼ੇ ਦਾ ਜਦੋਂ ਤੁਸੀਂ ਉੱਥੋਂ ਗੁਜ਼ਰਦੇ ਹੋ ਪਹਿਲਾਂ ਹੀ ਸਭ ਤੋਂ ਮਹਿੰਗਾ ਸੀ ਹੁਣ ਤੁਹਾਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ ਜੇਕਰ ਪਹਿਲਾਂ 165 ਰੁਪਏ ਦੰਦੇ ਸੀ ਵਨ ਸਾਈਡ ਦੇ ਇੱਕ ਪਾਸੇ ਲੰਘਣ ਦੇ ਤਾਂ ਤੁਹਾਨੂੰ 215 ਰੁਪਏ ਦੇਣੇ ਪੈਣਗੇ 5 10 20 30 ਰੁਪਏ ਦਾ ਵਾਅਦਾ ਨਹੀਂ ਕੀਤਾ ਗਿਆ ਸਿੱਧਾ 50 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਇੱਕ ਵਾਹਨ ਵਾਲੇ ਨੂੰ ਉੱਥੋਂ ਗੁਜ਼ਰਨ ਦੇ ਹੁਣ 215 ਰੁਪਏ ਦੇਣੇ ਪੈਣਗੇ ਦਾ ਲੋਕਾਂ ਦੀ ਜੇਬ ਹੋਰ ਟਿੱਲੀ ਹੋਵੇਗੀ ਆਮ ਲੋਕਾਂ ਤੇ ਹੋਰ ਬੋਝ ਪਵੇਗਾ ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਦੀ ਨਜ਼ਰ ਇਸ ਲਾਡੋਵਾਲ ਟੋਲ ਪਲਾਜ਼ਾ ਤੇ ਵੀ ਹੈ ਤੇ ਉਹ ਇਸ ਤੋਂ ਪਹਿਲਾਂ 7 ਤੋਂ 8 ਟੋਲ ਪਲਾਜ਼ਾ ਤੇ ਹੋਰ ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ ਉਹ ਬੰਦ ਵੀ ਕਰਵਾ ਚੁੱਕੇ ਨੇ ਪਰ ਇਹ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਅਜਿਹਾ ਟੋਲ ਪਲਾਜ਼ਾ ਹੈ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਤੇ ਪਹਿਲਾਂ ਜਿਸ ਦਾ ਰੇਟ 165 ਰੁਪਏ ਸੀ ਜਿਸ ਨੂੰ ਵਧਾ ਕੇ ਹੁਣ 215 ਰੁਪਏ ਕਰ ਦਿੱਤਾ ਗਿਆ ਇੱਕ ਵਾਹਨ ਦੇ ਪਿੱਛੇ ਹੀ 50 ਰੁਪਏ ਦਾ ਵਾਧਾ ਜਿਹੜੇ ਵੱਡੇ ਵਾਹਨ ਨੇ ਕਮਰਸ਼ੀਅਲ ਵਾਹਨ ਨੇ ਵੱਧ ਐਕਸਲ ਵਾਲੇ ਵਾਹਨ ਨੇ ਉਹਨਾਂ ਦਾ ਰੇਟ ਤਾਂ ਹਜ਼ਾਰ-ਹਜ਼ਾਰ ਰੁਪਏ ਤੱਕ ਹੈ ਜੇਕਰ ਫਾਸਟ ਟੈਗ ਨਹੀਂ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਦੁੱਗਣਾ ਪੇ ਕਰਨਾ ਪਵੇਗਾ ਦੱਸਦੀ ਹੈ ਕਿ ਹਲੇ 4 ਮਹੀਨੇ ਪਹਿਲਾਂ ਹੀ ਦਰਾਂ ਵਧਾਈਆਂ ਗਈਆਂ ਸਨ ਹੁਣ ਮੁੜ ਤੋਂ ਇਹ ਦਰਾਂ ਵਧਾਈਆਂ ਗਈਆਂ ਨੇ ਤੇ ਇੱਕ ਵਾਰ ਫੇਰ ਆਮ ਲੋਕਾਂ ਤੇ ਵੱਡਾ ਬੋਝ ਇਸ ਨੂੰ ਕਿਹਾ ਜਾ ਸਕਦਾ ਹੈ ਤਲਾਡੋਬਾਲ ਟੋਲ ਪਲਾਜ਼ਾ ਕਾਰ ਜੀਪ ਵੈਨ ਦਾ ਰੇਟ 165 ਰੁਪਏ ਸੀ ਇੱਕ ਵਾਰ ਦਾ ਲੰਘਣ ਦਾ ਜਿਸ ਨੂੰ ਵਧਾ ਕੇ 215 ਰੁਪਏ ਕਰ ਦਿੱਤਾ ਗਿਆ 30% ਦੇ ਕਰੀਬ ਦਾ ਵਾਧਾ ਕੀਤਾ ਗਿਆ 50 ਰੁਪਏ ਪਰ ਵਹੀਕਲ ਵਾਧਾ ਕੀਤਾ ਗਿਆ ਫਾਸਟ ਟੈਗ ਵਾਲੇ ਨਾ ਲਗਵਾਉਣ ਵਾਲੇ ਨੂੰ ਦੁੱਗਣਾ ਚਾਰਜ ਦੇਣਾ ਪਵੇਗਾ ਜਿੰਨੇ ਜਿੰਨੇ ਐਕਸਲ ਨੇ ਉਸ ਦੇ ਮੁਤਾਬਕ ਤੁਹਾਨੂੰ ਇਹ ਜਿਹੜੇ ਪੈਸੇ ਨੇ ਇਹ ਪੇ ਕਰਨੇ ਪੈਣਗੇ ਤਾਂ ਵੱਡੀ ਖਬਰ ਹੈ ਆਮ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਜਲੰਧਰ ਵੱਲ ਨੂੰ ਜਾਂਦੇ ਨੇ ਲੁਧਿਆਣਾ ਤੋਂ ਉੱਥੇ ਗੁਜ਼ਰਦੇ ਨੇ ਇੱਕੋ ਇੱਕ ਰਾਹ ਹੈ ਇੱਕੋ ਇੱਕ ਪੁਲ ਹੈ ਜਿਹੜਾ ਲੁਧਿਆਣਾ ਤੇ ਜਲੰਧਰ ਨੂੰ ਆਪਸ ਦੇ ਵਿੱਚ ਜੋੜਦਾ ਹੈ ਤੇ ਉਸੇ ਟੋਲ ਪਲਾਜ਼ੇ ਦਾ ਰੇਟ ਜਿਹੜਾ ਹੈ ਉਹ ਸਭ ਤੋਂ ਵਧੇ ਰਿਹਾ ਹੈ 165 ਤੋਂ ਵਧਾ ਕੇ 215 ਰੁਪਏ ਕਰ ਦਿੱਤਾ ਗਿਆ ਜਿਹੜੇ ਹੋਰ ਕਮਰਸ਼ੀਅਲ ਵਾਹਨ ਨੇ ਉਹਨਾਂ ਦੇ ਰੇਟ ਵੀ ਵਧਾਏ ਗਿਆ ਹੈ ਤੇ ਲਾਡੋਬਾਲ ਟੋਲ ਪਲਾਜ਼ਾ ਤੇ ਜਿਹੜੀਆਂ ਇਹ ਦਰਾਂ ਨੇ ਵਧਾਈਆਂ ਹੋਈਆਂ ਦਰਾਂ ਉਹ ਮੁਰ ਤੋਂ ਵਧਾ ਦਿੱਤੀਆਂ ਗੰਨਿਆਂ ਨੇ ਤੇ ਉਹ ਲਾਗ